ਮਹਾਰਾਜ ਨੇ ਦੋਵੇਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਕਹਿ ਕੇ ਆਖੋ ਸਤਿਨਾਮ
ਸ੍ਰੀ ਵਾਹਿਗੁਰੂ। ਮੈਂ ਸ਼ਬਦ ਪੜ੍ਹਿਆ ਜੋ ਮਾਨ ਕੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਇਹ ਜਿਹੜਾ ਸ਼ਬਦ ਆ ਇਹਦੇ ਵਿੱਚ ਸੋਈ ਸੋਈ ਦੋ ਵਾਰੀ ਆਇਆ। ਪਹਿਲਾ ਸੋਈ ਜਿਹੜਾ ਆਇਆ ਉਹ ਲੋਕ ਦੇ ਪਦਾਰਥ ਜਿੰਨੇ ਵੀ ਪਦਾਰਥ ਨੇ ਸੰਸਾਰ ਦੇ ਉਹ ਮਿਲਦੇ ਨੇ, ਤੇ ਦੂਜਾ ਜਿਹੜਾ ਸੋਈ ਆ ਉਹ ਮੁਕਤੀ। ਇਸ ਲੋਕ ਦੇ ਪਦਾਰਥ ਵੀ ਮਿਲਣਗੇ ਗੁਰੂ ਨਾਲ ਜੁੜਿਆ, ਤੇ ਜਿਹੜੀ ਮੁਕਤੀ ਵਾਸਤੇ ਦੁਨੀਆ ਬੜਾ ਕੁਛ ਕਰਦੀ ਹੈ ਗੁਰੂ ਨਾਨਕ ਦੇ ਘਰ ਵਿੱਚ ਤੈਨੂੰ ਉਹ ਵੀ ਪ੍ਰਾਪਤ ਹੋ ਜਾਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਸੌਖਾ ਮਾਰਗ ਕੋਈ ਨੀ ਸਾਰ ਦੁਨੀਆਂ ਦੇ। ਜੇ ਆਪਾਂ ਹੋਰ ਮਾਰਗ ਦੇਖੀਏ ਬੜੇ ਬੜੇ ਔਖੇ ਮਾਰਗ ਨੇ, ਗੁਰੂ ਨਾਨਕ ਦੇ ਘਰ ਤੋਂ ਸੌਖਾ ਮਾਰਗ ਕੋਈ ਨੀ। ਕਿਉਂ ਤੁਹਾਨੂੰ ਵਾਰ ਵਾਰ ਕਹੀਦਾ ਵੀ ਮੂਲ ਮੰਤਰ ਕਰੋ, ਮੂਲ ਮੰਤਰ ਕਰੋ। ਜਿਹੜਾ ਮੂਲ ਮੰਤਰ ਹੈ ਸਾਧ ਸੰਗਤ, ਇਹ ਕਾਲ ਪੁਰਖ ਜੀ ਦਾ ਆਪਣਾ ਸਰੂਪ ਹੈ। ਇੱਕ ਓਂਕਾਰ ਤੋਂ ਲੈ ਕੇ ਨਾਨਕ ਸੀ ਵੀ ਸੱਚ ਤੱਕ ਇਹ ਅਕਾਲ ਪੁਰਖ ਜੀ ਦਾ ਆਪਣਾ ਸਰੂਪ ਹੈ ਰੱਬ ਆਪ। ਧਿਆਨ ਦੇਣਾ ਵੀ ਤੁਹਾਨੂੰ ਕਿਉਂ ਕਹਿੰਦੇ ਵੀ ਮੂਲ ਮੰਤਰ ਕਰੀ ਜਾਓ, ਹੋਰ ਕੁਛ ਨਹੀਂ ਹੁੰਦਾ, ਨਾ ਕਰੋ ਕੋਈ ਗੱਲ ਨਹੀਂ। ਇਕੱਲੇ ਜੇ ਤੁਸੀਂ ਮੂਲ ਮੰਤਰ ਵੀ ਕਰੀ ਜਾਵੋਗੇ ਤਾਂ ਵੀ ਘਾਟ ਨਹੀਂ ਆਉਣੀ। ਇਹ ਅਕਾਲ ਪੁਰਖ ਜੀ ਦਾ ਆਪਣਾ ਸਰੂਪ ਹੈ ਰੱਬ ਆਪ, ਤੇ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਨਿਕਲਿਆ। ਕਿੰਨੀ ਵੱਡੀ ਗੱਲ ਹੈ, ਗੁਰੂ ਨਾਨਕ ਸਾਹਿਬ ਨੇ ਆਪ ਬੋਲ ਕੇ ਜਿਹੜਾ ਮੂਲ ਮੰਤਰ ਹੈ ਨਾ ਆਪ ਬੋਲਿਆ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ। ਤੇ ਜੀਵਾਂ ਦੇ ਭਲੇ ਵਾਸਤੇ, ਦੁਨੀਆਂ ਦੇ ਭਲੇ ਵਾਸਤੇ ਮਹਾਰਾਜ ਸੱਚਖੰਡ ਤੋਂ ਲੈ ਕੇ ਆਏ ਸਾਧ ਸੰਗਤ। ਜਿਹੜਾ ਕੋਈ ਮੂਲ ਮੰਤਰ ਇਹ ਕਰਦਾ ਨਾ ਜਾਪ ਇਹਦਾ, ਗੱਲ ਹੈ ਵੀ ਜਾਪ ਕਰਨ ਦੀ। ਹੁਣ ਕਈ ਤਾਂ ਮੂਲ ਮੰਤਰ ਦਾ ਜਾਪ ਕਰਦੇ ਉਹਨਾਂ ਨੂੰ ਪ੍ਰਾਪਤ ਵੀ ਬੜਾ ਕੁਛ ਹੁੰਦਾ। ਹੁਣ ਜੇ ਆਪਾਂ ਜਾਪ ਹੀ ਨਹੀਂ ਕਰਨਾ ਫਿਰ ਪ੍ਰਾਪਤ ਕੁਛ ਨਹੀਂ ਹੁੰਦਾ। ਸਾਧ ਸੰਗਤ ਸਵਾ ਲੱਖ ਵਾਰੀ ਕਿਉਂ ਮਹਾਂਪੁਰਖ ਕਹਿੰਦੇ ਵੀ ਜਾਪ ਕਰਿਆ ਕਰੋ। ਜਿਹੜੀਆਂ ਅਦ੍ਰਿਸ਼ ਵਸਤੂਆਂ ਨੇ, ਜਿਹੜੀਆਂ ਅਦ੍ਰਿਸ਼ ਤਾਕਤਾਂ ਨੇ, ਸ਼ਕਤੀਆਂ ਨੇ, ਜਿਹੜੇ ਪ੍ਰਕਾਸ਼ ਨੂੰ ਦੁਨੀਆਂ ਲੱਭਦੀ ਫਿਰਦੀ ਹੈ, ਉਹ ਮੂਲ ਮੰਤਰ ਦਾ ਜਦੋਂ ਆਪਾਂ ਜਾਪ ਸ਼ੁਰੂ ਕਰਦੇ ਹਾਂ, ਸਵਾ ਲੱਖ ਵਾਰੀ ਕਰ ਲਿਆ ਤਾਂ ਐਸੀ ਕਿਰਪਾ ਵੀ ਅੰਦਰ ਦੀਵਾ ਜਗਣ ਲੱਗ ਜਾਂਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਦਾ ਦੀਵਾ ਜਗਣਾ ਸ਼ੁਰੂ ਹੋ ਜਾਂਦਾ ਸਾਧ ਸੰਗਤ। ਸਵਾ ਲੱਖ ਵਾਰੀ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ। ਇਹਨੂੰ ਕਰਨ ਦਾ ਇੱਕ ਤਰੀਕਾ ਵੀ ਪੰਜ ਮਾਲਾ ਰੋਜ਼ ਦੀਆਂ ਕਰੋ, 150 ਮਾਲਾ ਹੋ ਗਈ। ਜੇ 1200 ਮਾਲਾ ਆਪਾਂ ਕਰਾਂਗੇ ਤਕਰੀਬਨ 8 ਮਹੀਨੇ ਦੇ ਵਿੱਚ, ਜੇ ਪੰਜ ਮਾਲਾ ਆਪਾਂ ਰੋਜ਼ ਕਰਦੇ ਹਾਂ ਤਾਂ 150 ਮਾਲਾ ਮਹੀਨੇ 'ਚ ਹੋ ਗਈ। 1200 ਮਾਲਾ ਕਰਨੀ 8 ਮਹੀਨੇ 'ਚ ਹੋ ਜਾਂਦੀ ਹੈ ਤਾਂ 1.25 ਲੱਖ ਹੋ ਗਈ। ਜੇ 10 ਮਾਲਾ ਰੋਜ਼ ਦੀਆਂ ਕਰਦੇ ਹਾਂ ਤਾਂ 4 ਮਹੀਨੇ 'ਚ 1.25 ਲੱਖ ਹੋ ਜਾਂਦਾ। 1.25 ਲੱਖ ਦਾ ਜਾਪ ਕਰਕੇ 101 ਦਮੜੇ ਦੀ ਦੇਗ ਕਰਾਉਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ। ਦੁਬਾਰਾ ਫੇਰ ਸ਼ੁਰੂ ਕਰ ਲਓ 1.25 ਲੱਖ ਦਾ ਜਾਪ। ਜਦੋਂ ਤੁਸੀਂ ਦੁਬਾਰਾ 1.25 ਲੱਖ ਦਾ ਜਾਪ ਕਰੋਗੇ ਨਾ ਉਦੋਂ ਆਨੰਦ ਆਉਣਾ ਤੁਹਾਨੂੰ। ਧਿਆਨ ਦੇਣਾ ਇਹ ਜਿਹੜੀਆਂ ਗੱਲਾਂ ਕਿਤੇ ਕਿਤਾਬਾਂ 'ਚ ਨਹੀਂ ਮਿਲਣੀਆਂ ਤੁਹਾਨੂੰ। ਜਿਹਨਾਂ ਨੇ ਜਾਪ ਕੀਤੇ ਨੇ, ਜਿਹੜੇ ਜਾਪ ਕਰਦੇ ਨੇ ਸਾਧ ਸੰਗਤ, ਉਹਨਾਂ ਦੇ ਇਹ ਪ੍ਰੈਕਟੀਕਲ ਨੇ। ਜਦੋਂ ਦੂਜੀ ਵਾਰੀ 1.25 ਲੱਖ ਕਰੋਗੇ ਨਾ ਸਾਧ ਸੰਗਤ, ਉਹ ਆਨੰਦ ਐਸਾ ਆਉਣਾ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੁੰਗੇ ਦੀ ਮਠਿਆਈ। ਸਾਧ ਸੰਗਤ ਇੱਕ ਤਾਂ ਹੁੰਦਾ ਮੰਗਣਾ,
ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇੱਕ ਹੁੰਦਾ ਫੁਰਨਾ, ਜਦੋਂ ਮਨ ਦੇ ਵਿੱਚ ਫੁਰਨਾ ਆ ਗਿਆ ਨਾ ਕਿਸੇ ਵੀ ਵਸਤੂ ਦਾ, ਅਜੇ ਅਰਦਾਸ ਨਹੀਂ ਕੀਤੀ, ਮੰਗਿਆ ਨਹੀਂ ਹੈ, ਪਰ ਸੋਚ ਆਈ ਹੈ, ਜਾਪ ਚੱਲਦਾ ਪਿਆ ਮੂਲ ਮੰਤਰ ਦਾ ਤੇ ਸੋਚ ਆ ਗਈ ਵੀ ਕਿਤੇ ਮਹਾਰਾਜ ਇਹ ਵਸਤੂ ਮਿਲ ਜਾਵੇ। ਸਾਧ ਸੰਗਤ ਬਹੁਤਾ ਫਿਰ ਸਮਾਂ ਨਹੀਂ ਲੱਗਦਾ, ਕਿਉਂ ਨਹੀਂ ਸਮਾਂ ਲੱਗਦਾ ਬਹੁਤਾ, ਕਿਉਂ ਇੰਨੀ ਜਲਦੀ ਮੂਲ ਮੰਤਰ ਦਾ ਜਾਪ ਕਰਕੇ ਪ੍ਰਾਪਤੀ ਹੁੰਦੀ ਹੈ? ਜਦੋਂ ਮੂਲ ਮੰਤਰ ਦਾ ਜਾਪ ਸ਼ੁਰੂ ਹੁੰਦਾ ਉਦੋਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੋ ਕੇ ਨਾਲ ਹੀ ਤੁਰਦੇ ਨੇ। ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਹਾਜ਼ਰ ਨਾਜ਼ਰ ਹੋ ਜਾਂਦੇ, ਉਹਨਾਂ ਦਾ ਪਹਿਰਾ ਹੋ ਜਾਂਦਾ ਸੱਚੇ ਪਾਤਸ਼ਾਹ। ਮੂਲ ਮੰਤਰ ਦਾ ਬਹੁਤ ਵੱਡਾ ਸਾਹਿਬ ਹੈ, ਐਵੇਂ ਨੀ ਨਲਾਇਕ ਬੱਚਾ ਰਾਸ਼ਟਰਪਤੀ ਬਣ ਗਿਆ। ਸਾਧ ਸੰਗਤ ਜਦੋਂ ਮੂਲ ਮੰਤਰ ਇਨਸਾਨ ਜਪਦਾ ਉਸ ਵੇਲੇ ਉਹਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੀ ਮਿਲਣਾ, ਸੋਚ ਹੀ ਨਹੀਂ ਹੁੰਦੀ ਉਹ। ਪਰ ਜਦੋਂ ਇੱਕ ਵਾਰੀ ਨਾਮ ਜਾਪ ਭਰੋਸਾ ਕਰਕੇ ਸ਼ੁਰੂ ਕਰ ਲਿਆ, ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਲਿਆ, ਤਾਂ ਸਾਧ ਸੰਗਤ ਉਹ ਵਸਤੂਆਂ ਦੀ ਪ੍ਰਾਪਤੀ ਹੁੰਦੀ ਹੈ ਜੋ ਤੁਸੀਂ ਸੋਚੀਆਂ ਵੀ ਹੋਣੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬਾਬਾ ਆਦਮ ਜੀ 70 ਸਾਲ ਦੀ ਉਮਰ ਹੋ ਗਈ, ਕਿਤੋਂ ਖੈਰ ਨਹੀਂ ਪਈ, ਮਹਾਰਾਜ ਦੇ ਦਰ ਤੇ ਆਏ, ਲੱਕੜਾਂ ਕੱਟ ਕੇ ਜੰਗਲ ਦੇ ਵਿੱਚੋਂ ਸੇਵਾ ਕਰਦੇ ਹੁੰਦੇ ਸੀ। ਸਾਧ ਸੰਗਤ ਆਓ ਵੱਡੇ ਮਹਾਰਾਜ ਜੀ ਪੜ੍ਹਦੇ ਹੁੰਦੇ ਸੀ, ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਤੇ ਸੇਵਾ ਕੀਤੀ ਉਹਨਾਂ ਨੂੰ ਕਹਿੰਦੇ ਮਹਾਰਾਜ ਬਹੁਤ ਵੱਡਾ ਫਲ ਦਿੰਦੇ ਨੇ, ਕੋਈ ਘਾਟ ਨਹੀਂ ਰਹਿੰਦੀ। ਮਹਾਰਾਜ ਜੀ ਪੜ੍ਹਿਆ ਕਰਦੇ ਸੀ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਏ।
ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਏ, ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਇੱਕ ਭਾਰ ਲੰਗਰ ਦੇ ਵਿੱਚ ਸੁੱਟ ਦੇਣਾ, ਲੰਗਰ ਬਣਿਆ ਕਰਦਾ ਸੀ, ਇੱਕ ਭਾਰ ਆਪਣੇ ਘਰ ਸੁੱਟ ਦੇਣਾ, ਪਰ ਮੰਗਣਾ ਕੁਛ ਨਹੀਂ। ਮਹਾਰਾਜ ਨੇ ਕਈ ਵਾਰੀ ਪੁੱਛਿਆ, ਬਾਬਾ ਆਦਮ ਜੀ ਦੱਸੋ ਕੀ ਚਾਹੀਦਾ? ਮਹਾਰਾਜ ਚਰਨਾਂ ਦੀ ਚਰਨ ਵਿਕੀ ਦੇ ਦੇ। ਸਾਹ ਸੰਗਤ ਦਾ ਇੱਕ ਸਮਾਂ ਐਸਾ ਆਇਆ ਬਾਰਿਸ਼ ਦਾ, ਬੜਾ ਮੀਂਹ ਵਰਿਆ, ਕਿਤੋਂ ਵੀ ਸੁੱਕੀ ਲੱਕੜ ਨਾ ਮਿਲੀ। ਹੁਣ ਲੱਕੜ ਤੋਂ ਬਿਨਾਂ ਲੰਗਰ ਕਿੱਦਾਂ ਪੱਕੇ? ਮੀਂਹ ਵੀ ਇੰਨਾ ਵਰਿਆ, ਠੰਡ ਦੇ ਦਿਨ ਗੁਰੂ ਰਾਮਦਾਸ ਮਹਾਰਾਜ ਸੰਗਤ ਨਾਲ ਪਿਆਰ ਹੀ ਇੰਨਾ ਸੀ ਮਹਾਰਾਜ ਦਾ। ਮਹਾਰਾਜ ਆਪ ਜਾ ਕੇ ਦੇਖਦੇ ਹੁੰਦੇ ਸੀ ਸੰਗਤ ਵਿਸ਼ਰਾਮ ਦੇਖਣਾ, ਸੰਗਤਾਂ ਨੇ ਲੰਗਰ ਛਕਿਆ ਕਿ ਨਹੀਂ ਛਕਿਆ। ਲਾਂਗੜੀ ਕਹਿੰਦਾ, ਭੰਡਾਰੀ ਮਹਾਰਾਜ ਲੰਗਰ ਕਿੱਦਾਂ ਬਣਾਈਏ? ਸੁੱਕੀ ਲੱਕੜੀ ਕੋਈ ਨਹੀਂ, ਬਾਲਣ ਸਾਰਾ ਭਿੱਜ ਗਿਆ, ਕਿਤੋਂ ਸੁੱਕੀ ਲੱਕੜ ਨਹੀਂ ਮਿਲੀ। ਤਾਂ ਮਹਾਰਾਜ ਨੇ ਕਿਹਾ ਵੀ ਭਾਈ, ਜਿਹੜਾ ਅੱਜ ਕੋਈ ਸੇਵਾ ਕਰੇਗਾ ਨਾ, ਇੱਕ ਤਾਂ ਲੰਗਰ ਪਕਾਉਣਾ, ਦੂਜਾ ਜਗ੍ਹਾ ਜਗ੍ਹਾ ਅੱਗ ਬਾਲ ਕੇ ਆ ਠੰਡ ਤੋਂ ਕੱਕਰ ਤੋਂ ਸੰਗਤਾਂ ਨੂੰ ਠੰਡ ਤੋਂ ਬਚਾਉਣਾ, ਜਿਹੜਾ ਅੱਜ ਇਹ ਸੇਵਾ ਕਰ ਲਏਗਾ ਉਹਨੂੰ ਬੜਾ ਕੁਛ ਮਿਲਣਾ। ਭਾਈ ਆਦਮ ਜੀ ਜਿੰਨੀਆਂ ਵੀ ਸੁੱਕੀਆਂ ਲੱਕੜਾਂ ਪਈਆਂ ਸੀ ਉਹ ਸਾਰੀਆਂ ਲੰਗਰ ਦੇ ਵਿੱਚ ਸੇਵਾ ਵਿੱਚ ਦੇ ਆਏ। ਸੰਗਤ ਬਹੁਤ ਜ਼ਿਆਦਾ ਸੀ, ਸਾਧ ਸੰਗਤ ਅਖੀਰ ਨੂੰ ਜਦੋਂ ਨਾ ਸਰਿਆ ਤਾਂ ਜਿਹੜੇ ਘਰ ਦੇ ਦਰਵਾਜ਼ੇ ਸੀ, ਇਤਿਹਾਸ ਵਿੱਚ ਆਇਆ ਵੀ ਜਿਹੜੇ ਘਰ ਦੇ ਦਰਵਾਜ਼ੇ ਸੀ ਨਾ, ਉਹ ਵੀ ਲੱਕੜ ਦੇ ਰੂਪ ਦੇ ਵਿੱਚ ਲੰਗਰ ਦੇ ਵਿੱਚ ਹੀ ਦੇ ਆਏਗਾ ਜੀ। ਕੀ ਆਖੋ? ਸਤਨਾਮ ਸ੍ਰੀ ਵਾਹਿਗੁਰੂ। ਇਤਿਹਾਸ ਵਿੱਚ ਆਇਆ ਹੁਣ ਭੰਡਾਰੀ ਜਿਹੜਾ ਲਾਂਗੜੀ ਸੀ ਉਹ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਨੂੰ, ਸੱਚੇ ਪਾਤਸ਼ਾਹ ਜੇ ਭਾਈ ਆਦਮ ਜੀ ਅੱਜ ਸੁੱਕੀਆਂ ਲੱਕੜਾਂ ਨਾ ਲੰਗਰ ਦੇ ਵਿੱਚ ਸੇਵਾ ਕਰਦੇ, ਲੰਗਰ ਨਹੀਂ ਸੀ ਪੱਕਣਾ। ਮਹਾਰਾਜ ਕਹਿੰਦੇ, ਭਾਈ ਆਦਮ ਨੇ ਸੇਵਾ ਕੀਤੀ ਆ? ਹਾਂ ਮਹਾਰਾਜ। ਮਹਾਰਾਜ ਉਹ ਤੇ ਸੇਵਾ ਨੂੰ ਭਾਗ ਲਾਓ, ਸੱਚੇ ਪਾਤਸ਼ਾਹ ਉਹਨੇ ਇੰਨੀ ਸੇਵਾ ਕੀਤੀ ਹੈ ਵੀ ਜਿਹੜੇ ਘਰ ਦੇ ਦਰਵਾਜ਼ੇ ਸੀ ਉਹ ਵੀ ਲੰਗਰ ਵਿੱਚ ਮਹਾਰਾਜ ਲੱਕੜਾਂ ਨਹੀਂ ਸੁੱਕ ਗਿਆ। ਕਹਿੰਦੇ ਬੁਲਾਓ ਭਾਈ ਆਦਮ। ਜਦੋਂ ਮਹਾਰਾਜ ਕਿਰਪਾ ਕਰਨ ਤੇ ਆਉਣ, ਦੁਨੀਆਂ ਦੀ ਕੋਈ ਐਸੀ ਵਸਤੂ ਨਹੀਂ ਜਿਹੜਾ ਗੁਰੂ ਨਹੀਂ ਦੇ ਸਕਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬੁਲਾਓ ਭਾਈ ਆਦਮ ਨੂੰ ਬੁਲਾਓ। ਭਾਈ ਆਦਮ ਜੀ ਨੂੰ ਬੁਲਾਇਆ, ਚਰਨਾਂ ਦੇ ਮੱਥਾ ਟੇਕਿਆ, ਦੋਵੇਂ ਹੱਥ ਜੋੜ ਕੇ, ਮਹਾਰਾਜ ਕਿਰਪਾ ਆਪ ਜੀ ਦੀ ਆਗਿਆ ਕਰੋ। ਕਹਿੰਦੇ ਭਾਈ ਆਦਮ ਬੜੇ ਖੁਸ਼ ਆ, ਮੰਗ ਲੈ ਜੋ ਕੁਛ ਮੰਗਣਾ। ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਆਪ ਜੀ ਦੀ ਲੋੜ ਆ, ਬਸ ਚਰਨਾਂ ਨਾਲ ਜੁੜੇ ਰਹੀਏ ਮਹਾਰਾਜ। ਕਹਿੰਦੇ ਨਾ ਭਾਈ, ਜੋ ਮਨ ਦੇ ਵਿੱਚ ਹੈ ਉਹ ਮੰਗ ਲੈ, ਅੱਜ ਤੈਨੂੰ ਦੇਵਾਂਗੇ। ਹੁਣ ਮਨ ਦੇ ਵਿੱਚ ਤਾਂ ਹੈ ਵੀ ਪੁੱਤਰ ਚਾਹੀਦਾ, ਪਰ ਹੁਣ ਦੱਸੀਏ ਕਿ ਤਾਂ 70 ਸਾਲ ਦੀ ਉਮਰ ਹੋ ਗਈ ਭਾਈ ਆਦਮ ਦੀ। ਹੁਣ ਸੰਗਤ ਵੀ ਬੈਠੀ ਹੈ ਕਿ ਉਹਨੇ ਕਿਹਾ ਵੀ ਜੇ ਮੈਂ ਹੁਣ ਮੰਗਾਂਗਾ ਤਾਂ ਲੋਕ ਮਖੌਲ ਵੀ ਕਰਨਗੇ ਵੀ 70 ਸਾਲ ਦੀ ਉਮਰ ਹੋ ਗਈ ਉਹਨੇ ਪੁੱਤਰ ਮੰਗਦਾ। ਚੁੱਪ ਕਰਕੇ ਬੋਲਿਆ, ਕਹਿੰਦੇ ਮਹਾਰਾਜ
ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਕਸਾ। ਮਹਾਰਾਜ ਕਹਿੰਦੇ ਇਦਾਂ ਕਰੀ ਕਾਹਨੂੰ ਸੋਚ ਕੇ ਆਈ ਫਿਰ ਚੱਲ ਤੈਨੂੰ ਸਮਾਂ ਦਿੰਦੇ ਹਾਂ ਸੋਚਣ ਦਾ ਸੋਚ ਨਹੀਂ ਸਤ ਵਚਨ ਮਹਾਰਾਜ ਕਰ ਗਿਆ ਸਾਰੀ ਵਾਰ ਦਾ ਸੁਣਾਈ ਘਰ ਵਾਲੇ ਕਹਿੰਦੀ ਜੇ ਕੁਛ ਉਹਨਾਂ ਨੇ ਅੱਜ ਦੇਣਾ ਸੀ ਗੁਰੂ ਮਹਾਰਾਜ ਨੇ ਫਿਰ ਕਿਉਂ ਨਹੀਂ ਮੰਗਿਆ ਪੁੱਤਰ ਮੰਗ ਲੈਣਾ ਸੀ। ਆਤਮਾ ਕਹਿੰਦਾ ਭਾਗਾਂ ਵਾਲੀ ਹੈ 70 ਸਾਲ ਦੀ ਉਮਰ ਹੋ ਗਈ ਓਦਾਂ ਹੀ ਲੋਕਾਂ ਨੇ ਮਖੌਲ ਕਰਨਾ ਸੀ ਮੈਥੋਂ ਮੰਗ ਨਹੀਂ ਮੰਗੀ ਗਈ। ਤੇ ਮਹਾਰਾਜ ਕਹਿੰਦੇ ਵੀ ਸੋਚ ਕੇ ਕਹਿੰਦੀ ਚਲੋ ਫਿਰ ਕੱਲ ਨੂੰ ਮੈਂ ਚੱਲਾਂਗੀ। ਭਾਈ ਆਤਮ ਜੀ ਦੇ ਇਤਿਹਾਸ ਵਿੱਚ ਲਿਖਿਆ ਵੀ ਇੱਕ ਲੜਕੀ ਸੀ ਉਹ ਕਹਿੰਦੀ ਪਿਤਾ ਜੀ ਤੁਸੀਂ ਕੁਛ ਨਹੀਂ ਬੋਲਣਾ ਮੈਂ ਗੁਰੂ ਮਹਾਰਾਜ ਦੇ ਅੱਗੇ ਝੋਲੀ ਅੱਡਣੀ ਮੈਨੂੰ ਇੱਕ ਵੀਰ ਚਾਹੀਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੋ ਮਾਨ ਕੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦੂਜਾ ਦਿਨ ਦਰਬਾਰ ਸਜਿਆ ਗੁਰੂ ਰਾਮਦਾਸ ਮਹਾਰਾਜ ਦਾ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਾ ਸੰਗਤ ਭਾਈ ਆਦਮ ਨੇ ਮੱਥਾ ਟੇਕਿਆ ਹੱਥ ਬੰਨ ਕੇ ਖੜ ਗਿਆ ਅੱਜ ਘਰ ਵਾਲੀ ਭਾਗਾਂ ਵਾਲੀ ਵੀ ਨਾਲ ਬੇਟੀ ਵੀ ਨਾਲ। ਮਹਾਰਾਜ ਕਹਿੰਦੇ ਭਾਈ ਆਦਮ ਤੂੰ ਬੜੀ ਸੇਵਾ ਕੀਤੀ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਕੀਤੀ ਸੁੱਕੀਆਂ ਲੱਕੜਾਂ ਲੰਗਰ ਦੇ ਵਿੱਚ ਸੇਵਾ ਕੀਤੀ ਲੰਗਰ ਬਣਿਆ ਸੰਗਤਾਂ ਨੂੰ ਠੰਡ ਤੋਂ ਬਚਾਇਆ ਤੇਰੀ ਸੇਵਾ ਨੂੰ ਭਾਗ ਲਾਉਣਾ ਵੀ ਮੰਗ ਜੋ ਕੁਛ ਮੰਗਣਾ। ਭਾਈ ਆਦਮ ਕਹਿੰਦਾ ਮਹਾਰਾਜ ਚਰਨਾਂ ਦੀ ਚਰਨ ਪ੍ਰੀਤੀ ਦੇ ਹੋਰ ਕੁਛ ਨਹੀਂ ਚਾਹੀਦਾ। ਕਹਿੰਦੇ ਉਹ ਤਾਂ ਠੀਕ ਹੈ ਪਰ ਅਸੀਂ ਖੁਸ਼ ਬਹੁਤ ਹਾਂ ਤੇਰੇ ਉੱਤੇ। ਤਾਂ ਮਹਾਰਾਜ ਨੇ ਉਹ ਬੇਟੀ ਵੱਲ ਦੇਖਿਆ ਕਹਿੰਦੇ ਪੁੱਤਰੀ ਤੂੰ ਦੱਸ ਕੀ ਚਾਹੀਦਾ ਅੱਜ ਅਸੀਂ ਬਹੁਤ ਖੁਸ਼ ਹਾਂ। ਭਾਈ ਆਦਮ ਦੀ ਜਿਹੜੀ ਬੇਟੀ ਸੀ ਉਹਨੇ ਦੋਵੇਂ ਹੱਥ ਜੋੜ ਲਏ ਕਹਿਣ ਲੱਗੀ ਸੱਚੇ ਪਾਤਸ਼ਾਹ ਜੇ ਕਿਰਪਾ ਕਰਨ ਤੇ ਆਏ ਹੋ ਤਾਂ ਮੈਨੂੰ ਵੀਰ ਚਾਹੀਦਾ ਕਿਰਪਾ ਕਰ ਦਿਓ ਮਹਾਰਾਜ ਮਿਹਰ ਕਰ ਦਿਓ। ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਠੀਕ ਹੈ ਗੁਰੂ ਘਰ ਦੀ ਤੁਸੀਂ ਸੇਵਾ ਕੀਤੀ ਹੈ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਸਫਲੀ ਹੁੰਦੀ ਹੈ ਜਿੱਤੇ ਗੁਰੂ ਖੁਸ਼ ਹੋ ਜਾਵੇ। ਸੇਵਾ ਦੁਨੀਆ ਕਰਦੀ ਹੈ ਪਰ ਇੱਕ ਸੇਵਾ ਉਹ ਹੁੰਦੀ ਹੈ ਜਿੱਤੇ ਗੁਰੂ ਖੁਸ਼ ਹੋ ਜਾਂਦਾ ਵੀ ਵਾਹ ਬਹੁਤ ਵੱਡੀ ਸੇਵਾ ਕੀਤੀ ਉਹ ਸੇਵਾ ਕਰੀਏ ਜਿਹਦੇ ਨਾਲ ਗੁਰੂ ਖੁਸ਼ ਹੋ ਜਾਵੇ। ਸਾ ਸੇਵਾ ਕੀਤੀ ਸਫਲ ਹੈ ਮਹਾਰਾਜ ਕਹਿੰਦੇ ਉਹ ਸੇਵਾ ਸਫਲ ਹੈ ਜਿੱਤੇ ਜਿੱਤ ਸਤਿਗੁਰ ਕਾ ਮਨ ਮੰਨੇ ਸਤਿਗੁਰੂ ਖੁਸ਼ ਹੋ ਜਾਵੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੁੰਦਾ। ਜਦੋਂ ਮਹਾਰਾਜ ਖੁਸ਼ ਹੋਏ ਕਹਿੰਦੇ ਠੀਕ ਹੈ ਜਾਓ ਤੁਹਾਨੂੰ ਇਹ ਵੀ ਵਸਤੂ ਦਿੱਤੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਧਿਆਨ ਦੇਣਾ ਸਾਧ ਸੰਗਤ ਭਾਈ ਆਦਮ ਨੂੰ ਕਹਿੰਦੇ ਉਹਦੇ ਕਰਮਾਂ ਵਿੱਚ ਹੈ ਨਹੀਂ ਸੀ ਔਲਾਦ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਹੈ ਪਰ ਫਿਰ ਵੀ ਭਗਤੀ ਦੇ ਵਿੱਚੋਂ ਧਿਆਨ ਦੇਣਾ ਕਹਿੰਦੇ ਭਗਤੀ ਦੇ ਵਿੱਚੋਂ ਇੱਕ ਤੈਨੂੰ ਲਾਲ ਬਖਸ਼ਦੇ ਆ ਉਹਦਾ ਨਾਮ ਰੱਖਣਾ ਭਾਈ ਭਗਤੂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਮ ਵੀ ਪਹਿਲੇ ਹੀ ਰੱਖਤਾ ਮਹਾਰਾਜ ਨੇ ਕਹਿੰਦੇ ਭਾਈ ਭਗਤੂ ਰੱਖਣਾ ਉਹਦਾ ਭਗਤੀ ਦੀ ਅੰਸ਼ ਦੇ ਵਿੱਚ ਉਹ ਪੁੱਤਰ ਦਿੰਦੇ ਆ ਤੈਨੂੰ ਕਰਮਾਂ 'ਚ ਨਹੀਂ ਤੇਰੇ ਹੈ ਭਾਗਾਂ 'ਚ ਨਹੀਂ ਹੈ। ਜਿੱਦਾਂ ਮਾਤਾ ਸੁਲੱਖਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੀ ਮਹਾਰਾਜ ਪੁੱਤਰ ਦੀ ਦਾਤ ਦੇ ਦਿਓ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਹੈ। ਅੱਛਾ ਮਹਾਰਾਜ ਫਿਰ ਮੁੜ ਗਈ
ਅੱਗੇ ਜਿਹੜਾ ਭੇਜਣ ਵਾਲਾ ਸੀ ਉਹਨੇ ਵੀ ਪੂਰੀ ਜੁਗਤੀ ਲਾਈ ਕਹਿੰਦਾ ਵੀ ਕਹਿੰਦੇ ਮਹਾਰਾਜ ਨੂੰ ਜੇ ਉੱਥੇ ਨਹੀਂ ਲਿਖਿਆ ਇੱਥੇ ਲਿਖ ਦਿਓ ਗੱਜ ਕੇ ਆਖੋ ਮਹਾਰਾਜ ਉੱਥੇ ਨਹੀਂ ਲਿਖਿਆ ਇੱਥੇ ਲਿਖ ਦਿਓ ਤੁਹਾਡੇ ਤੁਹਾਡੇ ਲਿਖਣ ਦੀ ਗੱਲ ਆ ਉੱਥੇ ਵੀ ਤੁਸੀਂ ਲਿਖਣਾ ਇੱਥੇ ਵੀ ਤੁਸੀਂ ਲਿਖਣਾ ਫਿਰ ਦੂਜੇ ਦਿਨ ਮਹਾਰਾਜ ਲੰਘੇ ਅੱਗੇ ਮਾਤਾ ਜੀ ਫਿਰ ਮਿਲ ਗਏ ਮਾਈ ਸੁਲੱਖਣੀ ਮਾਤਾ ਕਹਿਣ ਲੱਗੀ ਗੁਰੂ ਮਹਾਰਾਜ ਕਿਰਪਾ ਕਰ ਦਿਓ ਕਹਿੰਦੇ ਮਾਤਾ ਤੈਨੂੰ ਕਿਹਾ ਵੀ ਤੇਰੇ ਭਾਗਾਂ 'ਚ ਨਹੀਂ ਹੈ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਇੱਥੇ ਵੀ ਲਿਖ ਦਿਓ ਮਹਾਰਾਜ ਹੱਸ ਪਏ ਕਹਿੰਦੇ ਕਿਸੇ ਨੇ ਯੁਗਤੀ ਲਾ ਕੇ ਭੇਜਿਆ ਯੁਗਤੀ ਨਾਲ ਮੁਗਤੀ ਹੈ ਸਾਹ ਸੰਗਤ ਇਤਿਹਾਸ ਵਿੱਚ ਲਿਖਿਆ ਮਹਾਰਾਜ ਇੱਕ ਪਾਉਣ ਲੱਗੇ ਕਹਿੰਦੇ ਲਿਆ ਮਾਤਾ ਕਾਗਜ਼ ਕਲਮ ਦਵਾ ਕਾਗਜ਼ ਦੇ ਉੱਤੇ ਇੱਕ ਲਿਖਣ ਲੱਗੇ ਮਹਾਰਾਜ ਦੀ ਸਵਾਰੀ ਮਹਾਰਾਜ ਦਾ ਘੋੜਾ ਉਹਦੇ ਅੱਗੇ ਵੀ ਹੱਥ ਜੋੜਦੇ ਮਾਤਾ ਨੇ ਕਹਿੰਦੀ ਤੂੰ ਵੀ ਕੁਛ ਕਿਰਪਾ ਕਰ ਦੇ ਮਹਾਰਾਜ ਇੱਕ ਲਿਖਣ ਲੱਗੇ ਨਾ ਸਾਹ ਸੰਗਤ ਜਿਹੜਾ ਮਹਾਰਾਜ ਦਾ ਘੋੜਾ ਸੀ ਘੋੜਾ ਜਦੋਂ ਹਿੱਲਿਆ ਉਹ ਇੱਕ ਦਾ ਸਾਦਾ ਬਣ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਸੁਲੱਖਣੀ ਨੂੰ ਮਹਾਰਾਜ ਨੇ ਸੱਤ ਪੁੱਤਰਾਂ ਦੀ ਬਖਸ਼ਿਸ਼ ਕੀਤੀ ਮਾਤਾ ਦੇ ਭਾਵੇਂ ਕਿੰਨੇ ਵੀ ਪੁੱਤਰ ਹੋਣ ਉਹਨੂੰ ਸਾਰੇ ਹੀ ਪਿਆਰੇ ਹੁੰਦੇ ਉਹ ਕਿਸੇ ਨੂੰ ਵੀ ਨਹੀਂ ਦਿੰਦੀ ਮਾਤਾ ਜੀ ਨੂੰ ਸੱਤ ਪੁੱਤਰਾਂ ਦੀ ਬਖਸ਼ਿਸ਼ ਲੈ ਮਾਤਾ ਸੱਤ ਲਿਖੇ ਗਏ ਮਹਾਰਾਜ ਬੜੀ ਕਿਰਪਾ ਕੀਤੀ ਕਹਿੰਦੇ ਇੱਦਾਂ ਕਰ ਇੱਕ ਸਾਨੂੰ ਦੇ ਦੇ ਛੇ ਰੱਖ ਲੈ ਨਾ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਇੱਕ ਪੱਠੇ ਲੈਣ ਜਾਏਗਾ ਇੱਕ ਰਾਖੀ ਕਰਿਆ ਕਰੇ ਇੱਕ ਮੇਰੇ ਕੋਲ ਬੈਠੇਗਾ ਕੋਈ ਧਾਰਾ ਕੱਢੇਗਾ ਕੁਛ ਕਰੇਗਾ ਸੌ ਕੰਮ ਗਣਾ ਤੇ ਮਹਾਰਾਜ ਹੱਸ ਪਏ ਕਹਿੰਦੇ ਸੱਤ ਪੁੱਤਰ ਤੈਨੂੰ ਦਿੱਤੇ ਦੇਖੋ ਮਾਤਾ ਦਾ ਪਿਆਰ ਇੱਕ ਵੀ ਨਹੀਂ ਦਿੰਦੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਹੁਣ ਭਾਈ ਆਦਮ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਭਗਤੀ ਦੀ ਅੰਸ਼ ਦੇ ਵਿੱਚੋਂ ਤੈਨੂੰ ਭਾਈ ਭਗਤੂ ਭਗਤੀ ਦੀ ਅੰਸ਼ ਵਿੱਚੋਂ ਤੈਨੂੰ ਦਿੰਦੇ ਆ ਸੋ 70 ਸਾਲ ਦੀ ਉਮਰ ਭਾਈ ਆਦਮ ਜੀ ਦੀ ਤੇ ਮਹਾਰਾਜ ਨੇ ਪੁੱਤਰ ਦੀ ਦਾਤ ਬਖਸ਼ੀ ਸਾਸ ਸੇਵਾ ਨੂੰ ਭਾਗ ਲੱਗੇ ਆ ਭਾਈ ਆਦਮ ਜੀ ਦੇ ਪੁੱਤਰ ਭਾਈ ਭਗਤੂ ਜੀ ਭਾਈ ਭਗਤੂ ਜੀ ਦੀ ਅੰਸ਼ ਦੇ ਵਿੱਚੋਂ ਭਾਈ ਗੌਰਾ ਜੀ ਹੋਏ ਨੇ ਸੱਤਵੇਂ ਪਾਤਸ਼ਾਹ ਦੇ ਚੋਰ ਬਰਦਾਰ ਸੀ ਭਾਈ ਗੌਰਾ ਤੇ ਮਹਾਰਾਜ ਦੀ ਬਹੁਤ ਸੇਵਾ ਕਰਿਆ ਕਰੇ ਤੇ ਇੱਕ ਸੱਤਵੇਂ ਪਾਤਸ਼ਾਹ ਦਾ ਚੋਰ ਬਰਦਾਰ ਸੀ ਉਹਨੇ ਕਦੇ ਭਾਈ ਗੌਰੇ ਦੀ ਮਾਤਾ ਨੂੰ ਮਹੌਨ ਕਰਤਾ ਤੇ ਭਾਈ ਜਿਹੜਾ ਗੌਰਾ ਸੀ ਉਹਨੇ ਸੱਤਵੇਂ ਪਾਤਸ਼ਾਹ ਦਾ ਜਿਹੜਾ ਚੋਰ ਬਰਦਾਰ ਉਹ ਮਾਰਤਾ ਇਤਿਹਾਸ ਵਿੱਚ ਲਿਖਿਆ ਵੀ ਸੱਤਵੇਂ ਪਾਤਸ਼ਾਹ ਨੇ 101 ਸ਼ਰਾਬ ਦਿੱਤਾ ਗੁਰੂ ਰਾਏ ਸਾਹਿਬ ਨੇ ਗੌਰਿਆ ਤੈਨੂੰ ਆਹ ਹੋ ਜੇ ਤੈਨੂੰ ਆਹ ਹੋ ਜੇ ਉਹ ਕਹਿੰਦਾ ਸੱਤ ਵਚਨ ਮਹਾਰਾਜ ਮਹਾਰਾਜ ਤੁਹਾਡਾ ਤੁਹਾਡੇ ਮੈਂ ਚਰਨ ਨਹੀਂ ਛੱਡਣੇ ਜਿੰਨੇ ਮਰਜ਼ੀ ਸ਼ਰਾਬ ਦੇਈ ਜਾਓ ਮੈਂ ਤਾਂ ਹੈ ਤੁਹਾਡਾ ਹੀ ਭਾਈ ਗੌਰੇ ਨੂੰ 101 ਸ਼ਰਾਬ ਦਿੱਤਾ ਸੱਤਵੇਂ ਪਾਤਸ਼ਾਹ ਨੇ ਪਰ ਉਹਨੇ ਚਰਨ ਨਹੀਂ ਛੱਡੇ ਜਿੱਥੇ ਮਹਾਰਾਜ ਜਾ ਕੇ ਫੌਜਾਂ ਦੇ ਨਾਲ 2100 ਘੋੜ ਸਵਾਰ ਸੱਤਵੇਂ ਪਾਤਸ਼ਾਹ ਨਾਲ ਹੁੰਦੇ ਸੀ 2100 ਘੋੜ ਸਵਾਰ ਤੇ 500 ਘੋੜ ਸਵਾਰ ਭਾਈ ਗੌਰਾ ਆਪਣੇ ਨਾਲ ਰੱਖਿਆ ਕਰਦਾ ਸੀ ਜਿੱਥੇ ਮਹਾਰਾਜ ਨੇ ਉਤਾਰਾ ਕਰਨਾ ਡੇਰਾ ਕਰਨਾ ਉਹ ਤੋਂ 1-2 ਮੀਲ ਦੂਰ ਉਹਨੇ ਆਪ ਡੇਰਾ ਕਰ ਲੈਣਾ ਤੇ ਸੰਗਤਾਂ ਦੀ ਸੇਵਾ ਕਰਨੀ ਕਿਸੇ ਵੀ ਵਸਤੂ ਦੀ ਲੰਗਰ ਵਿੱਚ ਲੋੜ ਹੋਣੀ ਭਾਈ ਗੌਰੇ ਨੇ ਭੇਜ ਦੇਣੀ ਇੱਕ ਦਿਨ ਕੀ ਕੀਤਾ ਮੁਗਲਾਂ ਨੇ ਹੱਲਾ ਕੀਤਾ ਤੇ ਭਾਈ ਗੌਰੇ ਨੇ 500 ਘੋੜ ਸਵਾਰ ਨਾਲ ਹੁੰਦਾ ਸੀ ਉਹਦੇ ਜਾ ਕੇ ਮੁਕਾਬਲਾ ਕੀਤਾ ਮੁਗਲ ਭਜਾ ਦਿੱਤੇ
ਸੰਗਤਾਂ ਨੇ ਕਿਹਾ ਸਤਵੇਂ ਪਾਤਸ਼ਾਹ ਨੂੰ ਗੁਰੂ ਹਰਿਰਾਏ ਸਾਹਿਬ ਨੂੰ ਸੱਚੇ ਪਾਤਸ਼ਾਹ ਅੱਜ ਬੜਾ ਨੁਕਸਾਨ ਹੋਣਾ ਸੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਮੁਗਲਾਂ ਨੇ ਹੱਲਾ ਕੀਤਾ, ਭਾਈ ਗੋਰੇ ਨੇ ਅੱਜ 500 ਘੋੜ ਸਵਾਰ ਸੀ ਉਹਦੇ ਨਾਲ ਜਾ ਕੇ ਮੁਕਾਬਲਾ ਕੀਤਾ। ਮਹਾਰਾਜ ਅੱਜ ਬੜਾ ਨੁਕਸਾਨ ਹੋਣਾ ਸੀ ਜੇ ਗੋਰਾ ਨਾ ਹੁੰਦਾ। ਭਾਈ ਗੋਰੇ ਦੀ ਬਹੁਤ ਵੱਡੀ ਸੇਵਾ। ਮਹਾਰਾਜ ਕਹਿੰਦੇ ਭਾਈ ਗੋਰੇ ਨੂੰ ਬੁਲਾ ਕੇ ਲਿਆਓ। ਕਿੱਥੇ ਤਾਂ ਮਹਾਰਾਜ ਨੇ 101 ਸ਼ਰਾਪ ਦਿੱਤਾ ਭਾਈ ਗੋਰੇ ਨੂੰ, ਤੇ ਅੱਜ ਮਹਾਰਾਜ ਕਹਿੰਦੇ ਬੁਲਾ ਕੇ ਲਿਆਓ। ਗੁਰੂ ਜੋ ਮਰਜ਼ੀ ਕਵੇ, ਗੁਰੂ ਦਾ ਚਰਨ ਨਹੀਂ ਛੱਡਣੇ ਚਾਹੀਦੇ, ਧਿਆਨ ਦੇਣਾ। ਹੁਣ ਤਾਂ ਜੇ ਕਿਸੇ ਨੂੰ ਥੋੜ੍ਹੀ ਜਿਹੀ ਗੱਲ ਕਹੀ ਦੀ ਅਗਲਾ ਜਦੇ ਭੱਜ ਜਾਂਦਾ। ਹੁਣ ਤਾਂ ਕਿਸੇ ਨੂੰ ਜੇ ਕੁਛ ਕਹਿਤਾ ਨਾ ਆਪਾਂ, ਉਹਦੇ ਭਲੇ ਵਾਸਤੇ ਉਹਨੇ ਜਦੇ ਭੱਜ ਜਾਣਾ। ਹੁਣ ਤਾਂ ਇਹ ਸਮਾਂ ਆ ਗਿਆ ਕਲਯੁੱਗ ਦਾ, ਤੇ ਮਹਾਰਾਜ ਨੇ ਭਾਈ ਗੋਰੇ ਨੂੰ 101 ਸ਼ਰਾਪ ਦਿੱਤਾ। 101 ਭਾਈ ਗੋਰੇ ਨੇ ਚਰਨ ਨਹੀਂ ਛੱਡੇ। ਕਹਿੰਦਾ ਕੋਈ ਨੀ ਮਹਾਰਾਜ, ਸਤਵੇਂ ਪਾਤਸ਼ਾਹ ਕਹਿੰਦੇ ਲਿਆਓ ਵੀ ਕੋਈ, ਭਾਈ ਗੋਰੇ ਨੂੰ ਬੁਲਾ ਕੇ ਲਿਆਓ। ਭਾਈ ਗੋਰੇ ਨੂੰ ਬੁਲਾਇਆ। ਅੱਜ ਤਾਂ ਬੜੇ ਮਨ ਦੇ ਵਿੱਚ ਖੁਸ਼ੀ ਹੈ ਵੀ ਮਹਾਰਾਜ ਨੇ ਆਪ ਬੁਲਾਇਆ, ਚਰਨਾਂ ਦੇ ਮੱਥਾ ਟੇਕਿਆ, ਵਾਰ ਵਾਰ ਨਮਸਕਾਰਾਂ ਕਰਦਾ। ਗੁਰੂ ਸਤਵੇਂ ਪਾਤਸ਼ਾਹ ਬੜੇ ਪਿਆਰ ਵਿੱਚ, ਭਾਈ ਗੋਰਿਆ ਤੈਨੂੰ ਆਹ ਵੀ ਮਾਫ, ਭਾਈ ਗੋਰਾ ਤੈਨੂੰ ਆਹ ਵੀ ਮਾਫ, ਤੈਨੂੰ ਆਹ ਵੀ ਸ਼ਰਾਬ ਮਾਫ਼ ਕੀਤਾ, ਤੈਨੂੰ ਆਹ ਵੀ ਸ਼ਰਾਬ ਮਾਫ਼ ਕੀਤਾ, 100 ਸ਼ਰਾਬ ਗੋਰੇ ਨੇ ਮਾਫ਼ ਕਰ ਦਿੱਤਾ, 1 ਸ਼ਰਾਬ ਬਾਕੀ ਰਹਿ ਗਿਆ। ਭਾਈ ਗੋਰਾ ਕਹਿੰਦਾ ਮਹਾਰਾਜ ਹੁਣ ਚੁੱਪ ਕਰ ਜਾਓ, ਹੁਣ ਨਾ ਅੱਗੇ ਗੱਲ ਕਰ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦਾ ਮਹਾਰਾਜ ਲੋਕਾਂ ਨੇ ਕਹਿਣਾ ਐਵੇਂ ਸ਼ਰਾਬ ਦਿੱਤੇ ਐਵੇਂ ਵਾਪਸ ਲੈ ਗਏ, ਗੁਰੂ ਦਾ ਬਚਨ ਤਾਂ ਪੂਰਾ ਨਾ ਹੋਇਆ, 1 ਸ਼ਰਾਬ ਰਹਿਣ ਦਿਓ। ਮਹਾਰਾਜ ਕਹਿੰਦੇ ਅਸੀਂ ਤਾਂ ਬੜੇ ਦਿਲ ਤੇ ਖੁਸ਼ ਆ ਭਾਈ ਗੋਰਿਆ, ਠੀਕ ਹੈ ਮਹਾਰਾਜ ਤੁਹਾਡੀ ਕਿਰਪਾ ਸਦਾ ਹੀ ਰਹਿਣੀ ਹੈ, ਪਰ 1 ਸ਼ਰਾਬ ਰਹਿਣ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਗੁਰੂ ਦਾ ਵਚਨ ਪੂਰਾ ਹੁੰਦਾ। ਸਾਧ ਸੰਗਤ ਉਹ ਜਿਹੜਾ ਸ਼ਰਾਬ ਸੀ ਨਾ ਭਾਈ ਗੋਰੇ ਦੇ ਨਾਲ ਸਾਰੀ ਉਮਰ ਰਿਹਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਗੁਰੂ ਕਿਰਪਾ ਕਰਨ ਤੇ ਆਵੇ, ਸੱਚੇ ਪਾਤਸ਼ਾਹ ਮਿਹਰ ਕਰਨ ਤੇ ਆਵੇ, ਤੇ ਸਾਧ ਸੰਗਤ ਗੁਰੂ ਦੀ ਕਿਰਪਾ ਨਾਲ ਬੜਾ ਕੁਛ ਪ੍ਰਾਪਤ ਹੋ ਜਾਂਦਾ। ਸੋ ਗੁਰੂ ਨੂੰ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ, ਆਪਣੇ ਅੰਦਰ ਗੁਰੂ ਨੂੰ ਵਸਾਓ। ਗੁਰੂ ਨਾਨਕ ਸਾਹਿਬ ਨੂੰ ਆਪਣੇ ਅੰਤਰ ਕਰਨ ਚ ਵਸਾਉਣਾ ਚਾਹੀਦਾ। ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾ, ਜਿਹੜੀ ਜੇਵਾ ਜੀਵ ਹੈ ਆਪਣੀ, ਇਹਦੇ ਨਾਲ ਮੂਲ ਮੰਤਰ ਦਾ ਜਾਪ ਕਰੀਏ। ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੀਏ। ਸਰਵਣੀ ਸੁਣਨਾ ਕੰਨਾਂ ਦੇ ਨਾਲ, ਇਹ ਜਿਹੜਾ ਹਰ ਜਸਰ ਕੀਰਤਨ ਸਤਸੰਗ ਕਰ ਰਹੇ ਹਾਂ ਆਪਾਂ, ਕੰਨਾਂ ਨਾਲ ਬਾਣੀ ਸੁਣੀਏ। ਸਤਿਗੁਰ ਸੇਤੀ ਰੱਤਿਆ, ਕਹਿੰਦੇ ਜਦੋਂ ਰੱਤੇ ਗਏ ਨਾ ਸਤਿਗੁਰ ਦੇ ਨਾਲ, ਪ੍ਰੇਮ ਨਾਲ ਜੁੜ ਗਏ, ਸਤਿਗੁਰ ਸੇਤੀ ਰੱਤਿਆ ਦਰ ਗਿਆ ਪਾਈ ਗਿਆ ਆਓ। ਮਹਾਰਾਜ ਕਹਿੰਦੇ ਦਰ ਗਿਆ ਮਿਲਦਾ ਥਾਓ ਗੁਰਾਂ ਦੇ ਨਾਲ। Thank you.
جاپ پرناو نیتری سادگر پیٹھنا سرونی سننا کرناو سادگر سیتی رتیاں درگہ پائی درگاہ وچ مان ملتا جے گرو ہردے وچ بسا لیے گرو نال پیار کریے گرو منتر دا جاپ کریے سادگر سیتی رتیاں درگہ پائی کون نانک کرپا کرے جس نوں اے وات دے جگ میں اتم کاڈی ہے برلے کی کوئی برلے ہوندے جڑے رب نہ جڑدے گرو نہ جڑدے کوٹ میں نانک نارائن جی جی کبیر صاحب تا کہندے کروڑا وچ اک ہی ہے جڑا کوئی رب دے گھر نہ جڑدا من کر کے تو ساہ سکت جے گرو نال جڑیے نا مول منتر نہ جڑ گئے تاں پھر جو مانگا ٹھاکر اپنے تے سوئی سوئی نانک داس مکھ تے جو بولائیں ایتھے بھی سچ تے اوتے بھی سچ گھر نہیں کوئی ہوندی اس کر کے میری بینتی ہے بھی مول منتر نہ جڑیے اپاں مول منتر دا جاپ کریے ہور فالتو گلاں چھڈ دیئے انہاں گلاں نے اپنا سنساری گلاں نے ساتھ نہیں دینا رب دی کرپا دا اوہ پتا لگدا چار گلاں جدو تھوڑے شریر تے انبھو ہون لگ گئی تو سمجھ لو تسی رب دے نیڑے جا رہے ہو پہلا تو تھوڑی نیند کٹ جانی جی تھوں رات نوں بھی نیند نہیں نہ ہوندی تا بھجن کرن نوں دل کردا سمجھ لو بھی مہاراج دی کرپا نیند کٹ جاندی ہے دوجی بھوک کٹ جاندی ہے پدار تھوڑے سامنے کوئی تھوڑا کھان نوں دل نہیں کردا بھوک کٹ گئی تیجا بولنا کٹ گیا کسی نال گل کرن نوں دل نہیں کردا ہر ویلے یہی رہندا بھی مول منتر دا جاپ کریے ود تو ود نام دا جاپ کریے تیجی گل چوتھی سنسار دے نال گل بات کرن نوں دل نہیں کردا کوئی بھی آ گیا جڑا سنساری بندہ ہوندا اونوں اے ہوندا وی چار پنج جنے میرے کول بیٹھن تے میرا دل لگے کئیاں نوں اے ہوندا وی لے میں تاں کلا کسی نو فون کرنا آ جا یار میرا دل نہیں لگتا گلا کریے یہ ہوں بھی سنساری بندے گلا کریے جنوں نام دا آنند آ گیا وہ کہتا بھی مینوں بلاؤ نا وہ ایکانت پالدا دریا دا کنارا جنگل بیا بان کتے ایکانت جتھے بہ کے نام جپیے کوئی بندہ ڈسٹرب نہ کرے وہ ایکانت جڑا سنساری بندہ وہ کہتا بھی میرے کو چار پانچ جنے چاہیے میرا دل نہیں لگتا بھی گلا کریے جہاں نام بھجن بندگی کرنے والا وہ کہتا مجھے بلاوے کوئی نہ اِن ہی فرق ہے گا جی کہ آخو ست نام جن چار گلا تھوڑے شریر سے آ گئی سمجھ لو بھی آپ گرو نانک کے نیڑے جا رہے ہیں جنا مول منتر کر لو گے اُن ہی تھوڑا سا سکتا ایک تو اتنے جن بھی کوئی تھوڑے من کی اچھا پدارتھ وہ مل جانے نے اگے جہاں مکتی ہے نا یہ پیچھے دنیا بڑا کچھ کرتی ہے گرو نانک کے گھروں تم بڑے سوکھے پراپت ہو جانے گج کے آخو سب اس کر کے مول منتر بہت ضروری ہے دوائیاں کی دوائی ہے گرو نانک صاحب دے مخار بند دے وچوں اے کال پرکھ دا اپنا روپ ہے جدوں سوا لاکھ مول منتر ہو گیا تھنوں ایداں لگے گا بھی میرے نال کوئی تریا جاتا ہے میرے کوئی پیچھے آ کے کھڑ گیا ایک ساتھ سنگت سوا لاکھ مول منتر تو بعد جڑی اپنی ترکوٹی ہے اتھے تھنوں پرکاش دکھدا بھی ہاں پر والے کمرے بیٹھے ہو جی تھوڑی ترکوٹی ہے اتنے تمہیں پرکاش دکھے گا جی اپنے دسوں دوار امرت چڑھتا وہ جی امرت گوند ہے جدو جبان سے گرتی ہے جہاں دسوں دوار تو امرت چڑھتا ساہ سنگت تا بھی وہ بھوک ختم ہو جاتی ہے بھوک نہیں لگتی جہاں رودراکش ہے نا کچا یہ رودراکش درخت لگتا یہ کچا پھل ہوتا نا
ਰੋਦਰਾਕਸ਼ ਵੀ ਆਪਾਂ ਖਾ ਲਈਏ 15 ਦਿਨ ਭੁੱਖ ਨਹੀਂ ਲੱਗਦੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ਿਵ ਜੀ ਮਹਾਰਾਜ ਦਾ ਆਪਣਾ ਰੂਪ ਹੈ ਸੋ ਸਾਧ ਸੰਗਤ ਨਾਮ ਨਾਲ ਜੁੜੀਏ ਆਪਾਂ ਮੂਲ ਮੰਤਰ ਨਾਲ ਜੁੜੀਏ ਹਫ਼ਤੇ ਬਾਅਦ ਸਤਸੰਗ ਜ਼ਰੂਰ ਕਰਿਆ ਕਰੋ ਇਹ ਸਤਸੰਗ ਦਾ ਬਹੁਤ ਵੱਡਾ ਫਲ ਪ੍ਰਾਪਤ ਹੋਣਾ ਜਿਹੜਾ ਜਿਹਨੇ ਕਿਤੇ ਨਾਮ ਨਹੀਂ ਵੀ ਜਪਿਆ ਨਾ ਧਰਮਰਾਜ ਕੋਲ ਲੈ ਵੀ ਗਏ ਤਾਂ ਜੇ ਤੁਸੀਂ ਧਰਮਰਾਜ ਨੂੰ ਇੰਨੀ ਗੱਲ ਕਹਿੰਦੀ ਵੀ ਗੁਰੂ ਨਾਨਕ ਦੇ ਘਰ ਮੈਂ ਇੱਕ ਵਾਰੀ ਸਤਸੰਗ ਕੀਤਾ ਇਹਦਾ ਫਲ ਦੇ ਦਿਓ ਉਹ ਤੋਂ ਫਲ ਨਹੀਂ ਦਿੱਤਾ ਜਾਣਾ ਕਹਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁੱਟਿਆ ਨਿਕਟ ਨਾ ਜਾਇਓ ਦੂਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਧਰਮਰਾਜ ਨੇ ਦੂਤਾਂ ਨੂੰ ਕਿਹਾ ਜਿੱਥੇ ਸਾਧੂ ਬੈਠੇ ਹੋਣ ਜੈ ਸਾਧੂ ਗੋਬਿੰਦ ਭਜਨ ਜਿੱਥੇ ਪਰਮਾਤਮਾ ਦਾ ਭਜਨ ਹੁੰਦਾ ਹੋਵੇ ਕੀਰਤਨ ਨਾਨਕ ਨੀਤ ਜਿੱਥੇ ਕੀਰਤਨ ਹੁੰਦਾ ਹੋਵੇ ਜਿਵੇਂ ਹੁਣ ਕੀਰਤਨ ਹੋ ਰਿਹਾ ਜਮਦੂਤ ਨਹੀਂ ਆ ਸਕਦੇ ਸਾਧੂ ਬੈਠੇ ਹੋਣ ਗੋਬਿੰਦ ਦਾ ਭਜਨ ਹੁੰਦਾ ਹੋਵੇ ਕੀਰਤਨ ਹੁੰਦਾ ਹੋਵੇ ਉੱਥੇ ਬਿਲਕੁਲ ਨਹੀਂ ਜਾਣਾ ਜਮਦੂਤ ਕਹਿੰਦੇ ਮਹਾਰਾਜ ਜੇ ਚਲੇ ਗਏ ਫਿਰ ਕੀ ਬਣੇਗਾ ਧਰਮਰਾਜ ਕਹਿੰਦਾ ਜੇ ਭੁੱਲ ਭੁਲੇਖੇ ਚਲੇ ਵੀ ਗਏ ਨਾ ਨਾ ਤੁਸੀਂ ਛੁੱਟਣਾ ਨਾ ਮੈਂ ਛੁੱਟਣਾ ਨਾ ਆਪਣੀ ਕੁੜੀ ਨੇ ਛੁੱਟਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾਧ ਸੰਗਤ ਨਾਮ ਨਾ ਜੁੜੀਏ ਮੂਲ ਮੰਤਰ ਦੇ ਜਾਪ ਨਾਲ ਜੁੜੀਏ ਹਿਰਦੇ ਚ ਗੁਰੂ ਨਾਨਕ ਸਾਹਿਬ ਨੂੰ ਵਸਾਈਏ ਇਹ ਸੰਸਾਰ ਤੇ ਆਉਣਾ ਸਫਲ ਹੋਣਾ ਸੋ ਮਹਾਰਾਜ ਨੇ ਕਿਰਪਾ ਕੀਤੀ ਹੈ ਪੂਨੇ ਤੋਂ ਗੁਰਮੁਖ ਪਰਿਵਾਰ ਨੇ ਅਨਪੜ੍ਹ ਸਾਹਿਬ ਕਰਵਾਇਆ ਮਹਾਰਾਜ ਦੀ ਕਿਰਪਾ ਹੋਈ ਹੈ ਚੜ੍ਹਦੀਆਂ ਕਲਾ ਮਹਾਰਾਜ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ ਆਉ ਸਮਾਪਤੀ ਹੈ ਦੂਜੀ ਬੇਨਤੀ ਹੈ 31 ਤਰੀਕ ਰੱਖੜ ਪੁੰਨਿਆ ਜੋਤ ਦਿਵਸ ਰੱਖੜ ਪੁੰਨਿਆ ਦਾ ਤਿਉਹਾਰ ਹੈ ਉਸ ਦਿਨ ਆਪਾਂ ਨਿਸ਼ਾਨ ਸਾਹਿਬ ਚੜ੍ਹਾਉਣਾ ਹੈ ਨਿਸ਼ਾਨ ਸਾਹਿਬ ਦੇ ਚੂੜੇ ਦੀ ਰਸਮ ਹੋਣੀ ਹੈ ਸੰਗਤਾਂ ਨੂੰ ਬੇਨਤੀ ਹੈ ਪੂਰਨਮਾਸ਼ੀ ਦਾ ਦਿਹਾੜਾ ਰੱਖੜ ਪੁੰਨਿਆ ਦਾ ਦਿਹਾੜਾ ਸਭ ਨੇ ਚੜ੍ਹਦੀਆਂ ਕਲਾਂ ਦੇ ਵਿੱਚ ਆਪਾਂ ਮਨਾਉਣਾ ਹੈ ਅਤੇ 3 ਸਤੰਬਰ 18 ਭਾਦੋ ਐਤਵਾਰ ਹੈ ਸੋਢੀ ਪਾਤਸ਼ਾਹ ਦਾ ਦਿਹਾੜਾ ਪੂਰਾ ਸਾਲ ਸੋਢੀ ਪਾਤਸ਼ਾਹ ਨੇ ਆਪਣੀਆਂ ਅਰਦਾਸਾਂ ਸੁਣਨੀਆਂ ਪੂਰਾ ਸਾਲ ਤੇ ਆਪਾਂ ਉਸ ਦਿਨ ਬੜੀ ਧੂਮਧਾਮ ਦੇ ਨਾਲ ਮਹਾਰਾਜ ਨੂੰ ਹਿਰਦੇ 'ਚ ਵਸਾ ਕੇ ਬੜੇ ਪ੍ਰੇਮ ਨਾਲ ਮਹਾਰਾਜ ਦਾ ਇਹ ਦਿਹਾੜਾ ਮਨਾਈਏ ਤੇ ਸਾਧ ਸੰਗਤ ਪੂਰਾ ਸਾਲ ਮਹਾਰਾਜ ਨੇ ਅਰਦਾਸਾਂ ਸੁਣਨੀਆਂ ਕੋਈ ਘਰ ਨਹੀਂ ਛੱਡੀ ਹਰੀ ਸ੍ਰੀ ਕੀਰਤਨ ਹੋਣਗੇ ਗੁਰੂ ਕੇ ਲੰਗਰ ਟੁੱਟ ਵਰਤਣਗੇ ਮਹਾਰਾਜ ਹਾਜ਼ਰ ਨਾਜ਼ਰ ਹੋਣਗੇ ਸੋ ਉਸ ਦਿਨ ਮਹਾਰਾਜ ਦਾ ਜਸ ਗਾਉਣਾ ਸਤਸੰਗਤ ਦੇ ਰੂਪ ਦੇ ਵਿੱਚ ਮਹਾਰਾਜ ਵਾਸਤੇ ਨਵਾਂ ਚੰਦੂਆ ਸਾਹਿਬ ਬਣਾਇਆ ਨਵਾਂ ਰੁਮਾਲਾ ਨਵਾਂ ਦਰਸ਼ਨੀ ਰੁਮਾਲਾ ਬੜਾ ਸੋਹਣਾ ਚੰਦੂਆ ਸਾਹਿਬ ਮਹਾਰਾਜ ਲਈ ਤਿਆਰ ਕੀਤਾ ਮਹਾਰਾਜ ਨੇ ਸੇਵਾ ਲਈ ਹੈ ਕਿਰਪਾ ਕੀਤੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਿਹੜੇ ਅੱਜ ਵੀ ਹਾਜ਼ਰ ਨਾਜ਼ਰ ਹੋ ਕੇ ਆਪਣੀ ਹਰ ਅਰਦਾਸ ਸੁਣਦੇ ਨੇ ਆਪਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਬੜੀ ਧੂਮਧਾਮ ਨਾਲ ਮਨਾਉਣਾ ਸਾਧ ਸੰਗਤ ਜਦੋਂ ਮਹਾਰਾਜ ਦੀ ਕਿਰਪਾ ਹੋ ਗਈ ਫਿਰ ਮਹਾਰਾਜ ਨੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਫਿਰ ਮਹਾਰਾਜ ਨੇ ਕਿਰਪਾ ਕਰ ਦੇਣੀ ਸਭ ਨੇ ਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਠਾਕੁਰ ਦੀ ਤਲੀ ਤੇ ਸਾਰੇ ਪਦਾਰਥ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ ਸੁਭਾਅ ਮਹਾਰਾਜ ਦੀ ਕਿਰਪਾ ਲਈਏ ਹਫ਼ਤੇ ਬਾਅਦ ਸਤਸੰਗ ਹੁੰਦਾ ਜ਼ਰੂਰ ਸਤਸੰਗ ਕਰਿਆ ਕਰੋ ਇਹਨਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਹ ਨੰਦ ਸਾਹਿਬ ਦੇ ਜਾਪ ਹੋਣਗੇ ਸਾਰੇ ਰਸਾਂ ਰਾਮ ਕਲੀ ਮਹੱਲਾ ਤੀਜਾ
ਅਨੰਦ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ Thank you.